ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਕਿੱਦਾਂ ਮੇਰੇ ਭੈਣ ਭਰਾ ਸਾਰੇ ਠੀਕ ਠਾਕ ਜੇ? ਅੱਜ ਆਪਾਂ ਚੱਲੇ ਹਾਂ ਜੀ ਬੀਬੀ ਦੇ ਪੇਕੇ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ, ਕੀ ਹਾਲ ਚਾਲ ਆ? ਵਧੀਆ ਠੀਕ ਠਾਕ। ਹਾਂ ਸਾਡੇ ਬੀਬੀ ਵੱਲੋਂ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਬੜੇ ਦਿਨ ਹੋ ਗਏ ਆਪਾਂ ਕੋਈ ਵਲੌਗ ਨਹੀਂ ਬਣਾਇਆ। ਅੱਜ ਸਤਿ ਸ਼੍ਰੀ ਅਕਾਲ ਬੀਬੀ ਬੁਲਾਤੀ ਆ, ਤੇ ਅੱਜ ਆਪਾਂ ਸੋਚਿਆ ਕਿ ਚਲੋ ਜਾਣ ਡੇ ਬੀਬੀ ਦੇ ਪੇਕੇ। ਅਸੀਂ ਸੋਚਿਆ ਚਲੋ ਅੱਜ ਵਲੌਗ ਹੀ ਬਣਾ ਲੈਂਦੇ ਹਾਂ ਛੋਟਾ ਜਿਹਾ। ਅਤੇ ਇੱਦਾਂ ਬੀਬੀ ਡੇ ਸੀ, ਆਪਣੇ ਪੁਰਾਣੇ ਸਮੇਂ ਦੀਆਂ ਗੱਲਾਂ ਕਰਨ ਮੈਂ ਪੁੱਛਣ ਡਿਆ ਬੀਬੀ ਨੂੰ ਕਿ ਜਦੋਂ ਤੁਹਾਡਾ ਨਵਾਂ ਨਵਾਂ ਵਿਆਹ ਹੋਇਆ ਤਾਂ ਤੁਸੀਂ ਮਤਲਬ ਸਹੁਰੇ ਆਪਣੇ ਕਿੱਦਾਂ ਜਾਂਦੇ ਹੁੰਦੇ ਸੀ, ਪੇਕੇ ਆਪਣੇ ਮਤਲਬ ਕਿੱਦਾਂ ਜਾਂਦੇ ਹੁੰਦੇ ਸੀ? ਅਤੇ ਬੀਬੀ ਦੱਸਣ ਡੇ ਆ ਕਿ ਪੇਕੇ ਹੀ ਟਾਂਗੇ 'ਤੇ ਜਾਂਦੇ ਹੁੰਦੇ ਸੀ ਜਦੋਂ ਸਾਡਾ ਨਵਾਂ ਨਵਾਂ ਵਿਆਹ ਹੋਇਆ। ਜਦੋਂ ਨਵਾਂ ਨਵਾਂ ਵਿਆਹ ਹੋਇਆ ਉਦੋਂ ਫਿਰ ਟਾਂਗੇ 'ਤੇ ਸ਼ੁਰੂਆਤ ਕੀਤੀ ਜਾਣ ਦੀ? ਹਾਂਜੀ, ਫਿਰ ਟਾਂਗੇ 'ਤੇ ਜਾਇਆ ਕਰਨਾ। ਅੱਛਾ, ਫਿਰ ਟਾਂਗੇ 'ਤੇ ਉੱਧਰੋਂ ਆਇਆ ਕਰਨਾ। ਅੱਛਾ, ਤੇ ਕਈ ਵਾਰੀ ਕਿੰਨਾ ਕਿੰਨਾ ਤੁਰਨਾ ਵੀ ਪੈਣਾ ਵਿੱਚ, ਜੇ ਟਾਂਗਾ ਨਾ ਮਿਲਣਾ ਤੇ ਉਹਨਾਂ ਕੋ ਪੈਣਾ ਆਖਣਾ ਤੁਰ ਕੇ ਕੱਢ ਕੇ। ਤੇ ਬੀਬੀ ਮੇਰੀ ਗੱਲ ਸੁਣੋ, ਜੋ ਤੁਹਾਡਾ ਵਿਆਹ ਜਿਹੜਾ ਆਹ ਰੋਡ ਹੁਣ ਬਣਿਆ ਪੱਕਾ, ਹਾਂਜੀ, ਇਹ ਉਦੋਂ ਰੋਡ ਕਿੱਦਾਂ ਦਾ ਸੀ, ਕੱਚਾ ਸੀ ਕਿ ਜਾਂ ਇਦਾਂ ਸੜਕ ਬਣੀ? ਇਹ ਬਿਲਕੁਲ ਕੱਚਾ ਹੈਗਾ, ਵਿੱਚੋਂ ਦੀ ਡੰਡੀ ਜੀ ਲੰਘਣ ਨੂੰ ਹੁੰਦੀ ਸੀਗੀ ਚਿੱਟੀ ਚਿੱਟੀ। ਅੱਛਾ, ਰੋਡ ਸਾਰਾ ਕੱਚਾ ਸੀ ਉਦੋਂ? ਕੱਚਾ ਸੀ, ਬਿਲਕੁਲ ਕੱਚਾ, ਜਿੱਦਾਂ ਆਪਣੀ ਮੰਮੀ ਨੂੰ ਜਾਈਏ ਤੇ ਅਰਜੁਨ ਘਰ ਤੋਂ ਬਰੇਗਾ। ਹਾਂ ਹਾਂ ਹਾਂ, ਇਦਾਂ ਕੱਚਾ ਰੋਡ ਹੁੰਦਾ ਹੈਗਾ। ਠੀਕ ਹੈ ਠੀਕ ਹੈ, ਤੁਰ ਕੇ ਤੇ ਜਾਣਾ ਤੇ ਜਾ ਕੇ ਤੇ ਜਿਹੜੀ ਭਾਂਬੜੀ ਵਾਲੀ ਨਹਿਰ ਵਾ ਨਾ, ਹਾਂ, ਕਈ ਵਾਰੀ ਉਧਰ ਨੂੰ ਡਾਨੇ ਪੀਣੇ ਹੋ ਜਾਣਾ ਤੇ ਉਥੋਂ ਜਾ ਕੇ ਪਾਣੀ ਪੀਣਾ ਨਹਿਰ ਦਾ ਬੁੱਕ ਦੇ ਨਾਲ। ਅੱਛਾ, ਕਈ ਸਾਡੀ ਨਾਨੀ ਨੇ ਆਪ ਲਿਆ ਭਾਪੀ ਹੋਣਾ ਕੇ ਜਾਂ ਨਹੀਂ? ਸਾਈਕਲ ਜਿਹੜਾ ਹਰਜੋ ਵਾਲੇ ਇੱਕ ਦੁਕਾਨ ਹੁੰਦੀ ਸੀਗੀ, ਕਿਰਾਏ ਦਾ ਲਈ, ਕਿਰਾਏ ਤੇ ਲਈਦਾ ਹੈਗਾ, ਇੱਕ ਰੁਪਇਆ ਨੂੰ ਦੇਣਾ ਤੇ ਦੋ ਦਿਨ ਸਾਈਕਲ ਨੂੰ ਮਾਹ ਲੈਣਾ, ਮੁੜ ਕੇ ਰੁਪਇਆ ਵੀ ਦੇ ਆਉਣਾ ਤੇ ਸਾਈਕਲ ਵੀ ਦੇ ਆਉਣਾ। ਅੱਛਾ, ਬੀਬੀ ਦਾ ਕਹਿੰਦੇ ਆ ਕਿ ਜਦੋਂ ਪਹਿਲਾਂ ਟਾਂਗੇ ਤੇ ਉਹਨਾਂ ਸਟਾਰਟ ਕੀਤਾ, ਜਦੋਂ ਨਵਾਂ ਨਵਾਂ ਵਿਆਹ ਆ ਕੋਈ ਟਾਈਮ ਪਾ ਕੇ ਬਾਅਦ ਸਾਈਕਲ ਆਏ, ਅਸੀਂ ਸਾਈਕਲ ਕਿਰਾਏ ਤੇ ਲੈ ਗਏ ਤੇ ਕਿਰਾਏ ਤੇ ਇੱਥੇ ਆਉਣਾ ਸਵੇਰੇ ਆਉਣਾ। ਤੇ ਜਦੋਂ ਫਿਰ ਡੈਡੀ ਹੋਣੀ ਹੋਏ ਸੀ, ਡੈਡੀ ਹੋਣਾ ਨੂੰ ਵੀ ਨਾਲ ਹੀ ਕਰਾਏ ਸਾਈਕਲ ਤੇ ਲੈ ਕੇ ਆਉਂਦੇ ਨੇ, ਆਪਣੇ ਪਿੰਡੋਂ ਸ਼ੇਖ ਪਦੇ ਸਾਈਕਲ ਤੇ ਹੀ ਸਾਈਕਲ ਤੇ ਖੜਿਆ ਹੈਗਾ, ਸਾਈਕਲ ਤੇ ਫਿਰ ਪਰੇ ਤਰਨ ਤਾਰਨ ਗਏ, ਸਾਈਕਲ ਤੇ ਅੰਬਰਸਰ ਤੇ ਬੀਜੀ ਮੁੜ ਕੇ ਸਾਈਕਲ ਤੋਂ ਬਾਅਦ ਫਿਰ ਬੱਸ ਸਟਾਰਟ ਹੋਈ। ਇਹ ਬੱਸ ਆਉਣ ਦਾ ਵੀ ਇੱਕ ਕਿੰਨੇ ਚਿਰ ਬਾਅਦ ਸਾਈਕਲ ਸਾਰੇ ਦਿਨ ਦੀ ਇੱਕ ਬੱਸ ਨੇ ਗੁਰਦਾਸਪੁਰ ਨੂੰ ਲਾਉਣਾ ਚੱਕਰ? ਨਹੀਂ ਨਹੀਂ, ਜਦੋਂ ਤੁਹਾਡਾ ਵਿਆਹ ਆਇਆ ਸੀ, ਵਿਆਹ ਤੋਂ ਕਿੰਨੇ ਚਿਰ ਬਾਅਦ ਬੱਸ ਹੋਣੀ ਸਟਾਰਟ ਹੋ ਗਈ? 50 ਸਾਲਾਂ ਚ ਹੋ ਗਈ। ਅੱਛਾ, 50-70 ਸਾਲਾਂ ਚ? ਹਾਂ, ਫਿਰ ਰੋਡ ਜੇ ਪੈਣ ਦਾ ਵੀ ਸੜਕ ਦੇ ਉੱਤੇ 50 ਸਾਲਾਂ ਬਾਅਦ ਬੱਸ ਸਟਾਰਟ ਹੋ ਗਈ ਹੈਗੀ ਆਉਣ ਜਾਣ। ਅੱਛਾ ਅੱਛਾ, ਏਰੀਆ ਦੇ ਉੱਤੇ ਆਉਂਦਾ ਵੀ ਰੋਡ ਬਿਲ ਦਿੱਤੀ। ਠੀਕ, ਰੋਡ ਵੇਚ ਦੀ? ਹਾਂਜੀ ਹਾਂਜੀ, ਠੀਕ ਆ ਠੀਕ ਆ। ਇੱਕੋ ਚੱਕਰ ਲਾਉਣਾ ਹੁੰਦੇ ਸਾਰੇ। ਵੇਖ ਲਓ ਜੀ, ਜਿਹੜੇ ਪੁਰਾਣੇ ਸਾਡੇ ਬਜ਼ੁਰਗਾਂ ਵਿਚਾਰਿਆਂ ਕਿੰਨੀ ਮਿਹਨਤ ਕੀਤੀ ਆ, ਹਾਂਜੀ, ਤੇ ਇਹਨਾਂ ਦੀ ਇੰਨੀ ਮਿਹਨਤ ਦੇ ਬਦੌਲਤ ਹੀ ਅੱਜ ਆਪਾਂ ਕੋਠੀਆਂ ਘਰ ਵਾਲੇ ਹੋਏ ਆ। ਤੇ ਪਹਿਲਾਂ ਦੱਸਣ ਡੇ ਕਿ ਟਾਂਗੇ ਤੇ ਆਉਣਾ, ਟਾਂਗੇ ਤੋਂ ਬਾਅਦ ਫਿਰ ਸਾਈਕਲ ਕਿਰਾਏ ਤੇ ਲੈਣਾ, 1 ਰੁਪਇਆ ਕਿਰਾਇਆ ਹੁੰਦਾ ਸੀ, ਤੇ ਕਿਰਾਏ ਤੋਂ ਬਾਅਦ ਸਾਈਕਲ ਵੀ 2 ਦਿਨ ਰੱਖਣਾ, 1 ਰੁਪਏ ਦੇ ਵਿੱਚ 2 ਦਿਨ ਉਹਨਾਂ ਬੀਜੀ ਕਹਿੰਦੇ ਕਿਰਾਏ ਸਾਈਕਲ ਰੱਖਣਾ 2 ਦਿਨ, ਤੇ ਫਿਰ ਸਾਈਕਲ ਉਹਨਾਂ ਦਾ ਵਾਪਸ ਕਰਕੇ ਆਉਣਾ, ਨਾਲ ਰੁਪਇਆ ਕਰਕੇ ਆਉਣਾ। ਤੇ ਫਿਰ ਕੁਝ ਟਾਈਮ ਬਾਅਦ ਬੱਸਾਂ ਚੱਲ ਪਈਆਂ, 1 ਬੱਸ ਆਉਂਦੀ ਹੁੰਦੀ ਕਹਿੰਦੇ ਸਾਰੇ ਦਿਨ 'ਚ। ਤੇ ਜਾਣੀ ਗੱਲ ਇਹ ਆ ਕਿ ਇੰਨਾ ਬਹੁਤ ਮਿਹਨਤ ਕੀਤੀ ਹਰ ਇੱਕ ਜਿਹੜੇ ਵੀ ਪੁਰਾਣੇ ਬਜ਼ੁਰਗ ਸੀ, ਇਹ ਨਹੀਂ ਵੀ ਇਹਨਾਂ ਦੀ ਗੱਲ ਕਰਨੀ ਆ, ਮਤਲਬ ਸਾਰੇ ਜਿੰਨੇ ਵੀ ਆਪਣੇ ਪੰਜਾਬ ਦੇ ਵਿੱਚ ਬਜ਼ੁਰਗ ਸੀ, ਮਾਵਾਂ ਸੀ ਚਾਹੇ ਬਾਪੂ ਸੀ, ਸਾਰਿਆਂ ਬਹੁਤ ਮਿਹਨਤ ਕੀਤੀ ਆ। ਤੇ ਜਦੋਂ ਇੱਦਾਂ ਪੁਰਾਣੇ ਸਮੇਂ ਦੀਆਂ ਗੱਲਾਂ ਦੱਸਦੇ ਆ ਤੇ ਬਹੁਤ ਵਧੀਆ ਲੱਗਦਾ ਆ। ਜਿਹੜੇ ਸਾਡੇ ਬੀਬੀ ਦੇ ਮੰਮੀ ਆ ਹੋਏ ਥੋੜੇ ਦਿਨ ਹੋ ਗਏ, ਪੂਰੇ ਹੋ ਗਏ ਆ, ਉਹਨਾਂ ਦੇ ਟਾਈਮ ਤੇ ਹੋਰ ਇਹਨਾਂ ਤੋਂ ਵੀ ਮਤਲਬ ਪਿੱਛੇ ਹੀ, ਉਦੋਂ ਤੇ ਕੋਈ ਸਾਧਨ ਨਹੀਂ, ਟਾਂਗੇ ਦਾ ਵੀ ਬੜਾ ਔਖਾ ਸੀ, ਜਿੰਮਿਆਂ ਜਾਣਾ ਤੇ ਤੁਰ ਕੇ ਜਾਣਾ ਤੇ ਤੁਰ ਕੇ ਆਉਣਾ। ਹਾਂ, ਜਿਵੇਂ ਸੀ ਹਿਸਾਬ ਲਾ ਲਓ, ਵਧੀਆ ਹੀ ਦੇਣ, ਉਹ ਵਧੀਆ ਲੱਗਦਾ ਗੱਲਾਂ ਸੁਣ ਕੇ। ਤੇ ਲਓ ਜੀ, ਹੁਣ ਆਪਾਂ ਪਹੁੰਚ ਗਏ ਆ ਵੜੈਚੀ, ਆਪਾਂ ਆ ਗਏ ਨਾਨੀ ਜੀ ਦੇ ਪਿੰਡ ਵੜੈਚ। ਸਾਹਮਣੇ ਮੰਦਿਰ ਆ ਜੀ ਬਾਬਾ ਨਾਥਾਂ ਜੀ ਦਾ, ਹਨਾ ਬੀਬੀ? ਬਾਬਾ ਨਾਥਾਂ ਦਾ ਮੰਦਿਰ ਹਨਾ? ਹਾਂ, ਉਹ ਪਰੇ ਕਾਰਿਆ ਸਾਡੇ ਡੈਡੀ ਜੀ ਦੇ ਨਾਨਕਿਆਂ ਦਾ।
ਕੀ ਨਾਨਕੇ ਬੀਬੀ ਜੀ ਦੇ। ਠੀਕ ਆ ਜੀ, ਓਕੇ, ਇੱਥੇ ਕਰਦੇ ਹਾਂ ਵਲੌਗ ਦੀ ਸਮਾਪਤੀ। ਬਾਏ ਬਾਏ।